ਤਸਵੀਰਾਂ ਦੇ ਵਿੱਚ ਨੁਕਸਾਨੀ ਖੜੀ ਬਲੈਰੋ ਪਿਕਅਪ ਜਿਸ ਨੇ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਸਿੱਧੀ ਟੱਕਰ ਮਾਰੀ। ਉਸ ਤੋਂ ਬਾਅਦ ਕਿੰਨਾ ਨੁਕਸਾਨ ਹੋਇਆ ਉਹ ਤੁਹਾਡੀ ਸਕਰੀਨ ਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਦੱਸਦੇ ਕਿ ਪੰਜਾਬ ਰੋਡਵੇਜ਼ ਦੀ ਬੱਸ ਅਤੇ ਬਲੈਰੋ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਵੇਂ ਵਾਹਨਾਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ। ਦੱਸਦੇ ਕਿ ਬੱਸ ਵਾਲੇ ਨੇ ਕਿਹਾ ਕਿ ਉਸਨੇ ਬੱਸ ਰੋਕ ਲਈ ਸੀ, ਸਾਹਮਣੇ ਤੋਂ ਆ ਰਹੀ ਪਿਕਅਪ ਵਿੱਚ ਆ ਕੇ ਵੱਜੀ, ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। ਔਰ ਪਿਕਅਪ ਦੇ ਡਰਾਈਵਰ ਉਨਿੰਦਰਾ ਸੀ, ਜਿਸ ਕਾਰ ਨੇ ਭਿਆਨਕ ਸੜਕੀ ਹਾਦਸਾ ਹੋਇਆ। ਸ਼੍ਰੀ ਮੁਕਤਸਰ ਸਾਹਿਬ ਡਿਪੂ ਦੀ ਇਹ ਬੱਸ ਸੀ, ਕੋਟਕਪੁਰਾ ਮਾਰਗ ਤੇ ਪੈਂਦੇ ਪਿੰਡ ਉਹਦੇ ਕਾਰਨ ਨੇੜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਪਿਕਅਪ ਵਾਲਾ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੀਏ ਕਿ ਪੰਜਾਬ ਰੋਡਵੇਜ਼ ਅਤੇ ਬਲੈਰੋ ਪਿਕਅਪ ਦੀ ਜ਼ਬਰਦਸਤ ਟੱਕਰ ਹੋਈ। ਦੋਵੇਂ ਵਾਹਨ ਆਮੋ ਸਾਹਮਣੇ ਟਕਰਾ ਗਏ, ਬੁਰੀ ਤਰ੍ਹਾਂ ਦੋਵੇਂ ਵਾਹਨ ਨੁਕਸਾਨੇ ਗਏ। ਮੌਕੇ ਤੇ ਹੜਕੰਪ ਮੱਚ ਗਿਆ। ਬੱਸ ਵਾਲੇ ਨੇ ਕਿਹਾ ਕਿ ਉਸਨੇ ਬੱਸ ਰੋਕ ਲਈ ਸੀ ਔਰ ਬੇਲਗਾਮ ਤੇਜ਼ ਰਫ਼ਤਾਰ ਪਿਕਅਪ ਨੇ ਸਿੱਧੀ ਆ ਕੇ ਟੱਕਰ ਮਾਰੀ, ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। 8:45 ਤੇ ਤੜਕੇ ਇਹ ਸੜਕੀ ਹਾਦਸਾ ਹੋਇਆ। ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼੍ਰੀ ਮੁਕਤਸਰ ਸਾਹਿਬ ਕੋਟਕਪੁਰਾ ਮਾਰਗ ਤੇ ਪੈਂਦੇ ਪਿੰਡ ਉਦੇ ਕਰਨ ਦੇ ਨੇੜੇ ਇਹ ਹਾਦਸਾ ਹੋਇਆ। ਪਿਕਅਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਬੱਸ ਦਾ ਵੀ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਆਓ ਇੱਕ ਵਾਰ ਸੁਣੀਏ ਬੱਸ ਦੇ ਡਰਾਈਵਰ ਕੋਲੋਂ ਕਿਸ ਦੀ ਗਲਤੀ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਕਿਹੜੇ ਡਿਪੂ ਵਿੱਚ ਕੰਮ ਕਰਦੇ ਹੋ? ਸ਼੍ਰੀ ਮੁਕਤਸਰ ਸਾਹਿਬ। ਤੇ ਅੱਜ ਜਿਹੜਾ ਕਾ ਹਾਦਸਾ ਹੈ ਉਹਦੇ ਬਾਰੇ ਕੀ ਦੱਸਣਾ ਹੈ? ਹਾਦਸਾ ਜੀ ਕੋਟਕਪੁਰੇ ਤੋਂ ਚੱਲ ਕੇ ਆ ਰਹੇ ਸੀ 8:04 ਤੇ, ਅਤੇ 8:45 ਕਿਤੇ ਇੱਥੇ ਪਹੁੰਚੇ। ਇਹਦੀ ਅੱਖ ਉੱਖ ਲੱਗ ਗਈ ਟਿਕਟ ਵਾਲੇ ਦੀ, ਅਤੇ ਇਹ ਤੋਂ ਗੱਡੀ ਰੁਕੀ ਨਹੀਂ। ਗੱਡੀ ਮੈਂ ਤਾਂ ਰੋਕ ਲਈ ਸੀ, ਗੱਡੀ ਖੜੀ ਤੋਂ ਲੈ ਕੇ ਰੋਕੀ ਗਈ ਸੀ ਸ਼ਾਇਦ। ਸਵਾਰੀਆਂ ਦੀ ਬਚਾ ਹੋਇਆ? ਸਵਾਰੀਆਂ ਦਾ ਬਚਾ ਹੋਇਆ। ਤਸਵੀਰਾਂ ਦੇ ਵਿੱਚ ਨੁਕਸਾਨੀ ਖੜੀ ਬਲੈਰੋ ਪਿਕਅਪ ਜਿਸ ਨੇ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਸਿੱਧੀ ਟੱਕਰ ਮਾਰੀ। ਉਸ ਤੋਂ ਬਾਅਦ ਕਿੰਨਾ ਨੁਕਸਾਨ ਹੋਇਆ ਉਹ ਤੁਹਾਡੀ ਸਕਰੀਨ ਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਦੱਸਦੇ ਕਿ ਪੰਜਾਬ ਰੋਡਵੇਜ਼ ਦੀ ਬੱਸ ਅਤੇ ਬਲੈਰੋ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਵੇਂ ਵਾਹਨਾਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ। ਦੱਸਦੇ ਕਿ ਬੱਸ ਵਾਲੇ ਨੇ ਕਿਹਾ ਕਿ ਉਸਨੇ ਬੱਸ ਰੋਕ ਲਈ ਸੀ, ਸਾਹਮਣੇ ਤੋਂ ਆ ਰਹੀ ਪਿਕਅਪ ਵਿੱਚ ਆ ਕੇ ਵੱਜੀ, ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। ਔਰ ਪਿਕਅਪ ਦੇ ਡਰਾਈਵਰ ਉਨਿੰਦਰਾ ਸੀ, ਜਿਸ ਕਾਰ ਨੇ ਭਿਆਨਕ ਸੜਕੀ ਹਾਦਸਾ ਹੋਇਆ। ਸ਼੍ਰੀ ਮੁਕਤਸਰ ਸਾਹਿਬ ਡਿਪੂ ਦੀ ਇਹ ਬੱਸ ਸੀ, ਕੋਟਕਪੁਰਾ ਮਾਰਗ ਤੇ ਪੈਂਦੇ ਪਿੰਡ ਉਹਦੇ ਕਾਰਨ ਨੇੜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਪਿਕਅਪ ਵਾਲਾ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੀਏ ਕਿ ਪੰਜਾਬ ਰੋਡਵੇਜ਼ ਅਤੇ ਬਲੈਰੋ ਪਿਕਅਪ ਦੀ ਜ਼ਬਰਦਸਤ ਟੱਕਰ ਹੋਈ। ਦੋਵੇਂ ਵਾਹਨ ਆਮੋ ਸਾਹਮਣੇ ਟਕਰਾ ਗਏ, ਬੁਰੀ ਤਰ੍ਹਾਂ ਦੋਵੇਂ ਵਾਹਨ ਨੁਕਸਾਨੇ ਗਏ। ਮੌਕੇ ਤੇ ਹੜਕੰਪ ਮੱਚ ਗਿਆ। ਬੱਸ ਵਾਲੇ ਨੇ ਕਿਹਾ ਕਿ ਉਸਨੇ ਬੱਸ ਰੋਕ ਲਈ ਸੀ ਔਰ ਬੇਲਗਾਮ ਤੇਜ਼ ਰਫ਼ਤਾਰ ਪਿਕਅਪ ਨੇ ਸਿੱਧੀ ਆ ਕੇ ਟੱਕਰ ਮਾਰੀ, ਜਿਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ। 8:45 ਤੇ ਤੜਕੇ ਇਹ ਸੜਕੀ ਹਾਦਸਾ ਹੋਇਆ। ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼੍ਰੀ ਮੁਕਤਸਰ ਸਾਹਿਬ ਕੋਟਕਪੁਰਾ ਮਾਰਗ ਤੇ ਪੈਂਦੇ ਪਿੰਡ ਉਦੇ ਕਰਨ ਦੇ ਨੇੜੇ ਇਹ ਹਾਦਸਾ ਹੋਇਆ। ਪਿਕਅਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਬੱਸ ਦਾ ਵੀ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਆਓ ਇੱਕ ਵਾਰ ਸੁਣੀਏ ਬੱਸ ਦੇ ਡਰਾਈਵਰ ਕੋਲੋਂ ਕਿਸ ਦੀ ਗਲਤੀ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਕਿਹੜੇ ਡਿਪੂ ਵਿੱਚ ਕੰਮ ਕਰਦੇ ਹੋ? ਸ਼੍ਰੀ ਮੁਕਤਸਰ ਸਾਹਿਬ। ਅਤੇ ਅੱਜ ਜਿਹੜਾ ਕਾ ਹਾਦਸਾ ਹੈ ਉਹਦੇ ਬਾਰੇ ਕੀ ਦੱਸਣਾ ਹੈ? ਹਾਦਸਾ ਜੀ ਕੋਟਕਪੁਰੇ ਤੋਂ ਚੱਲ ਕੇ ਆ ਰਹੇ ਸੀ 8:04 ਤੇ, ਅਤੇ 8:45 ਕਿਤੇ ਇੱਥੇ ਪਹੁੰਚੇ। ਇਹਦੀ ਅੱਖ ਉੱਖ ਲੱਗ ਗਈ ਟਿਕਟ ਵਾਲੇ ਦੀ, ਅਤੇ ਇਹ ਤੋਂ ਗੱਡੀ ਰੁਕੀ ਨਹੀਂ। ਗੱਡੀ ਮੈਂ ਤਾਂ ਰੋਕ ਲਈ ਸੀ, ਗੱਡੀ ਖੜੀ ਤੋਂ ਲੈ ਕੇ ਰੋਕੀ ਗਈ ਸੀ ਸ਼ਾਇਦ।
ਸਵਾਰੀਆਂ ਦੀ ਬਚਾਅ ਹੋਇਆ, ਸਵਾਰੀਆਂ ਦਾ ਬਚਾਅ ਹੋਇਆ।